ਹੈਲੋ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਨੂੰ ਸਸ ਦੇ ਰਿਐਕਸ਼ਨ ਤੇ, ਜਿੱਥੇ ਮਮਾ ਔਰ ਮੈਂ ਮਿਲ ਕੇ ਡੇਲੀ ਕੋਈ ਨਾ ਕੋਈ ਨਏ ਟੌਪਿਕ ਤੇ ਵੀਡੀਓਜ਼ ਬਣਾਉਂਦੇ ਹਾਂ। ਤੁਸੀਂ ਸਾਡੀ ਵੀਡੀਓਜ਼ ਨੂੰ ਬਹੁਤ ਲਾਈਕ ਕਰਦੇ ਹੋ, ਪਸੰਦ ਕਰਦੇ ਹੋ, ਖਾਸ ਕਰਕੇ ਜੋ ਕਾਮੇਡੀ ਵੀਡੀਓਜ਼ ਨੇ ਉਹਨਾਂ ਨੂੰ। ਤੁਹਾਡੇ ਬਹੁਤ ਸਾਰੇ ਕਮੈਂਟਸ ਨੇ, ਬਹੁਤ ਸਾਰੇ ਸੁਜੈਸ਼ਨਸ ਨੇ। ਹੌਲੀ ਹੌਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਭ ਦੇ ਵੀਡੀਓਜ਼ ਬਣਾ ਸਕੀਏ। ਅਤੇ ਕੁਝ ਐਸੇ ਲੈਜੈਂਡਸ ਨੇ ਪਾਕਿਸਤਾਨੀ ਡਰਾਮਾ ਇੰਡਸਟਰੀ ਦੇ, ਜਿਨ੍ਹਾਂ ਉੱਪਰ ਮਤਲਬ ਜਿੰਨੀ ਵੀਡੀਓਜ਼ ਨੇ ਅਸੀਂ ਕਹਿ ਸੋਚ ਵੀ ਨਹੀਂ ਸਕਦੇ ਕਿ ਇੰਨੀ ਸਾਰੀ ਕਲਿਪਸ ਔਰ ਇੰਨੀ ਸਾਰੀ ਵੀਡੀਓਜ਼ ਹੋਣਗੀਆਂ, ਜਿਵੇਂ ਅਕਰਮ ਉਦਾਸ, ਗਮਾ ਜੀਤ ਔਰ ਸਖਾਵਤ ਨਾਜ਼। ਅਤੇ ਅੱਜ ਅਸੀਂ ਦੇਖਣ ਜਾ ਰਹੇ ਹਾਂ ਬੈਸਟ ਆਫ ਸਖਾਵਤ ਨਾਜ਼ ਵਿਦ ਅਕਰਮ ਉਦਾਸ। ਦੇਖਦੇ ਹਾਂ ਅੱਜ ਇਹ ਦੋ ਮਿਲ ਕੇ ਕੀ ਧਮਾਲ ਮਚਾਉਂਦੇ ਆ। ਤੁਸੀਂ ਵੀ ਦੇਖੋ, ਅਸੀਂ ਵੀ ਦੇਖਦੇ ਹਾਂ। ਅਗਰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲੇ ਸਬਸਕ੍ਰਾਈਬ ਕਰੋ, ਫਿਰ ਅਸੀਂ ਵੀਡੀਓ ਸਟਾਰਟ ਕਰੋ। ਬੁਲੰਦ ਸਟਾਈਲ ਦੇਖੋ ਜਰਾ ਕਿੱਧਰ। ਮਈਅਤ ਦੀ ਜਗ੍ਹਾ ਆਪ ਲੰਮਿਆਂ ਪੈਣ ਵਾਲੇ ਆ। ਕਿੱਧਰ ਮੇਰੇ ਨਾਲ ਗੱਲ ਕਰ। ਅੱਛਾ, ਗੱਲ ਤੇਰੇ ਨਾਲ ਕਰਨੀ ਪੈਂਦੀ ਹੈ। ਮੈਨੂੰ ਨੰਬਰ ਯਾਦ ਨੇ, ਚੌਧਰੀ ਜ਼ੁਲਫਕਾਰ ਨੇ ਮੈਨੂੰ ਇਹਦੇ ਨੰਬਰ ਦੱਸੇ ਨੇ। ਕੀ ਨੰਬਰ? ਦੋ ਵੱਡੀਆਂ ਗੰਢਾਂ, ਇੱਕ ਛੋਟੀ। ਅੱਛਾ ਜੀ, ਬਜ਼ੁਰਗਵਾਰ ਵੀਰਵਾਰ, ਮੰਗਲਵਾਰ, ਬੁੱਧਵਾਰ, ਸੋਮਵਾਰ ਹੋ ਸਾਵਨ ਮਿਲ ਸੀ ਕਿਹੜੋ ਵਾਰ। ਜੇ ਪੈਸੇ ਲੈਣੇ ਨਾਲ ਵਾਜਾ ਲੈ ਕੇ ਆ ਜਾ, ਮਿਊਜ਼ਿਕ ਤੇ ਪੂਰਾ ਕਰੋ। ਘੋੜੇ 'ਚ ਵੜ ਕੇ ਨੱਚਣ ਵਾਲੇ ਆ, ਮੇਰੇ ਨਾਲ ਸਿੱਧੀ ਸਿੱਧੀ ਗੱਲ ਰੱਖ, ਉੱਠ ਕੇ ਦਫ਼ਤਰੋਂ ਬਾਹਰ ਚੱਲ, ਤੇਰੀ ਮਿਹਰਬਾਨੀ। ਉਹ ਜਾ ਸੋਹਣਿਆ, ਮੰਨੇ ਲੰਬੜ ਨੂੰ ਤੂੰ ਨਹੀਂ ਜਾਣਦਾ, ਜਾ ਕੰਮ ਕਰ ਜਾ। ਉਹ ਸੋਹਣਿਆ ਬਾਹਰ ਜਾ, ਅਸੀਂ ਨਹੀਂ ਦੇਸੀ ਘਿਓ ਲੈਣਾ। ਉਹ ਸੋਹਣਿਆ ਤੂੰ ਨਹੀਂ ਮੈਨੂੰ ਜਾਣਦਾ, ਮੈਂ ਗਰਮ ਜੀ ਤਬੀਅਤ ਦਾ ਬੰਦਾ, ਜਾ ਕੰਮ ਕਰ ਜਾ। ਕਰ ਗਰਮ ਤਬੀਅਤ ਦਾ ਕੀ, ਤੂੰ ਆਪਣੀ ਵਹੁਟੀ ਸਾੜ ਦੀ। ਗਰਮ ਤਬੀਅਤ ਦਾ ਬੰਦਾ, ਦਫ਼ਤਰ ਦਾ ਮਾਹੌਲ ਖਰਾਬ ਨਾ ਕਰ, ਤੇਰੀ ਮਿਹਰਬਾਨੀ, ਸਾਡਾ ਸਾਹਿਬ ਆ ਕੇ ਸਾਨੂੰ ਜ਼ਲੀਲ ਕਰੇਗਾ ਤਾਂ ਬਾਹਰ ਚੱਲ, ਤੇਰੀ ਮਿਹਰਬਾਨੀ। ਸੋਹਣਿਆ ਮੰਨੇ ਲੰਬੜ ਨੂੰ ਕੌਣ ਰੋਕ ਸਕਦਾ, ਜਿਵੇਂ ਮਰਜ਼ੀ ਪਵੇ। ਉਹ ਮੈਂ ਨਹੀਂ ਜਾਣਾ, ਜਾ ਸੋਹਣਿਆ, ਜਾ ਕੰਮ ਕਰ। ਤੈਨੂੰ ਮੈਂ ਸ਼ਰਾਫਤ ਨਾਲ ਕਹਿਣ ਡਿਆ, ਤੇਰੀ ਮਿਹਰਬਾਨੀ, ਚਲਾ ਜਾ। ਕਾਕਾ, ਐਵੇਂ ਲੜਾਈ ਹੋਵੇਗੀ, ਫਾਇਦਾ ਕੋਈ ਨਹੀਂ, ਜਾ ਕੰਮ ਕਰ। ਬਜ਼ੁਰਗਾ ਯਾਰ ਮੈਂ ਨਹੀਂ ਜਾਣਾ, ਤੈਨੂੰ ਕਹਿ ਦਿੱਤਾ ਨਹੀਂ ਮੈਂ ਜਾਣਾ। ਇੱਥੇ ਲਾਉਣ ਦੇ ਕਿੰਨੇ ਪੈਸੇ? ਇੱਥੇ ਲਾਉਣ ਦੇ ਕਿੰਨੇ ਪੈਸੇ? ਬਸ ਬਾਬਾ ਉੱਠ ਕੇ ਚਲਾ ਜਾ, ਤੇਰੀ ਮਿਹਰਬਾਨੀ, ਜਾ ਯਾਰ। ਉਹ ਨਹੀਂ ਸੋਹਣਿਆ, ਜਾ ਕੰਮ ਕਰ ਜਾ ਕੇ। ਓਏ ਓ ਕਾਕਾ, ਧੱਕੇ ਮਾਰ ਕੇ ਫਿਰ ਇੱਥੇ ਦਰਾਸ ਨਹੀਂ। ਤੈਨੂੰ ਮੈਂ ਪਿਆ ਪਿਆ ਕਰਦਾ ਲੜਾਈ
ਬਾਅਦ ਤੁਸੀਂ ਭਰਿਆ ਜਾਓ ਬਸ ਤੁਸੀਂ ਸੇ ਪੇਸ਼ੋ ਹੋ ਕੇ ਦਿਓ ਮੈਂ ਸਮਝਾਣੇ ਕਿ ਬਾਹਰ ਨਿਕਲ ਦਸਤਰ ਹੈ ਸਰਦਾਰ ਤੂੰ ਬਾਅਦ ਨਹੀਂ ਆਣਾ ਕੀ ਕਰੇਗਾ ਤੂੰ ਮੈਂ ਕਾਹਾ ਟੰਗਣ ਦਾ ਕੁਝ ਚਲਾਉਣ ਲੱਗਾ ਡਾਇਲੌਗ ਤੂੰ ਬਾਅਦ ਨਹੀਂ ਆਣਾ ਤੁਸੀਂ ਵਿੱਚ ਆ ਚਲ ਤੂੰ ਬਾਅਦ ਨਹੀਂ ਆਣਾ ਨਹੀਂ ਆਣਾ ਐਵੇਂ ਲੜਾਈ ਹੋਵੇਗੀ ਫਾਇਦਾ ਕੌਣ ਨਹੀਂ ਹੋ ਲੜਾਈ ਹੋ
ਤੁਸੀਂ ਅੱਜ ਲੈ ਜਾਨੀ ਐਸਾ ਕੁਝ ਅੱਲਿਆ ਕਿਹੜਾ ਬਦਮਾਸ਼ ਲੈ ਕੇ ਹੁੰਦਾ ਅੰਮਾ ਮੈਂ ਕਾ ਚਾਹ ਜਾਂਦਾ ਤਾਂ ਬੜੀ ਆਵਾਜ਼ ਤਾਂ ਬੜੀ ਆਵਾਜ਼ ਕਰ ਜੇ ਕਦੇ ਚੁੱਪ ਕਰ ਜੇ ਚੁੱਪ ਕਰ ਜੇ ਇਹੋ ਜੇ ਕਮੀ ਕਮੀਨ ਸਾਨੂੰ ਮਾਰਨ ਲੱਗਣ ਦੱਸ ਲੱਗਾ ਸੀ ਜੁੱਤੀ ਮਾਰਨ ਭਲਵਾਨ ਵੱਡਾ ਮਾਰਨ ਉਸ ਤਾਂ ਤੁਸਾਂ ਨੇ ਸੁਕਾਂ ਨੂੰ ਜੁੱਤੇ ਮਾਰੇ ਜੁੱਤੇ ਕਿਹੜੇ ਜੁੱਤੇ ਮੇਰੀਆਂ ਜੁੱਤੀਆਂ ਮੇਰੇ ਹੀ ਸਿਰ ਜੁੱਤੀਆਂ ਮਾਰੀਆਂ ਨੇ ਆ ਕੇ ਮਾਰੇ ਐਡਾ ਭਲਵਾਨ ਰਹੀਏ ਨਹੀਂ ਆਉਂਦਾ ਗਿਆ ਕਿੱਥੇ ਆ ਗਿਆ ਭਾਂਗੇ ਜੀ ਤੁਹਾਨੂੰ ਬੰਦ ਹੋ ਗਈ ਸੀ ਤੇਰੀ ਆਵਾਜ਼ ਪਿਛਲੀ ਗਲੀ ਤੱਕ ਮੈਨੂੰ ਸੁਣੀ ਬਸ ਅੱਲਾ ਨੇ ਦਿੱਤੀ ਮੇਰਾ ਕੀ ਕਸੂਰ ਇਹਦੇ ਇਹ ਹੈ ਕੌਣ ਇਹਨੇ ਮਰਨਾ ਹੀ ਮੈਂ ਕਹਿੰਦਾ ਕਿਹਦੇ ਕੋਲੋਂ ਮਰਨਾ ਅਰੇ ਪਿਓ ਦਾ ਤਾਂ ਕੱਪੜਿਆਂ ਦਾ ਹੱਥ ਪਾ ਕੇ ਦੇਖ ਹੁਣ ਬੜਾ ਜੋਸ਼ ਚੜਦਾ ਹੈ ਜੀ ਉਹ ਬਾਹਰ ਜਾਂਦੇ ਕੱਪੜੇ ਪਾੜਨ ਨਹੀਂ ਜੀ ਇਹਨੇ ਸਮਝਿਆ ਮੰਨਾਂ ਲੰਮਣ ਪਿੰਡੋਂ ਖਾਲੀ ਆਇਆ ਕੀ ਮਤਲਬ ਪਾੜਦਾ ਹਾਂ ਕੱਪੜੇ ਵਾਲਾ ਆ ਤਿੰਨ ਸੂਟ ਨਾਲ ਲੈ ਕੇ ਖਾਲੀ ਅੱਛਾ ਇਹੋ ਜਿਹੇ ਕੰਮੀ ਕਮੀਨਾ ਕੋਲੋਂ ਅਸੀਂ ਮਾਰ ਖਾਣ ਲੱਗੀਏ ਅਸੀਂ ਤੇ ਘਰ ਬੈਠੇ ਲੰਬੜਦਾਰੀ ਜਾ ਕੰਮ ਕਰ ਤੂੰ ਵੀ ਜਾ ਕੇ ਤੂੰ ਸਮਝਿਆ ਕਰੇ ਕਿ ਮੰਨੇ ਲੰਬੜ ਨੂੰ ਲੰਮੇ ਲੰਮੇ ਵਾਲ ਵਹਾ ਕੇ ਮੁਤਾਸਰ ਕਰ ਲਾਂਗੀ ਮੈਂ ਹਾਂ ਇਹਦੇ ਨਾਲੇ ਲੰਮੀਆਂ ਸਾਡੀਆਂ ਝੋਟੀਆਂ ਦੀਆਂ ਪੂਛ ਲਾ ਨੇ ਕਾਹਦੀ ਮਾਰ ਮਾਰ ਖਾ ਕੇ ਕੋਈ ਜੰਮਿਆ ਮਾਰਨ ਵਾਲਾ ਇੱਥੇ ਜੋ ਕੁਛ ਹੋ ਗਿਆ ਨਾ ਬਸ ਅਬ ਭੁੱਲ ਜਾਏ ਆਪ ਠੀਕ ਹੈ ਅਬ ਕੂਲ ਹੋ ਕੇ ਬੈਠੇ ਆਪਕੋ ਕੀ ਮਸਲੇ ਕੀ ਪ੍ਰੋਬਲਮ ਹੈ ਤੇ ਸ਼ੁਕਰ ਹੈ ਮੁੰਡਾ ਨਹੀਂ ਸੀ ਮੇਰੇ ਨਾਲ ਇੱਥੇ ਕੰਮ ਵੱਧ ਜਾਣਾ ਉਹ ਤੇ ਮੇਰੇ ਨਾਲ ਵੀ ਗਰਮ ਤਬੀਅਤ ਓਹੋ ਗਰਮ ਤਬੀਅਤ ਤੇ ਠੰਡ ਤਾਂ ਬੈਠ ਗਈ ਹੋਈ ਇਹਨਾਂ ਨੇ ਮੇਰੀ ਜਿਹੜੀ ਇੱਜ਼ਤ ਕਰਨੀ ਹੈ ਕਰ ਲਈ ਇਹਨਾਂ ਨੇ ਸ਼ਹਿਰ ਵਾਲਿਆਂ ਨੇ ਅੱਗੇ ਪਿੰਡ ਵਾਲਿਆਂ ਨੇ ਮੈਨੂੰ ਛਿੱਤਰ ਮਾਰ ਕੇ ਕੱਢਿਆ ਪਿੰਡ ਬਸ ਮੈਂ ਮੂਲੀਆਂ ਬੀਜੀਆਂ ਵੇਚਦੀਆਂ ਨਹੀਂ ਸਨ ਉਹ ਮੈਂ ਲਾਲ ਰੰਗ ਕਰਕੇ ਫਿਰ ਗਾਜਰਾਂ ਬਣਾ ਕੇ ਵੇਚੀਆਂ ਕੰਮ ਕਰ ਮੇਰੇ ਸਿਰਾਣੇ ਕੀ ਖਲੋਤੀ ਹੈ ਪਾਣੀ ਪੀਏਂਗੇ ਆਪ ਬੋਤਲ ਪੀਏਂਗੇ ਆਪ ਪੀ ਲਾਂਗਾ ਮੈਂ ਐਡਾ ਤੂੰ ਜਿਹੜਾ ਕੰਟੀਨ ਖੋਲ ਕੇ ਬੈਠੀ ਹੈ ਇੱਥੇ ਅਲਬਲਟੀ ਕੀ ਮੈਂ ਡਿਫੈਂਸ ਵੀ ਲੈ ਲੈਣਾ ਆਹਾ ਵੇਖ ਨਾ ਗੱਲ ਕੀਤੀ ਤਾਂ ਮੇਰੀਆਂ ਪਸਲੀਆਂ ਚ ਸ਼ਾਹ ਸ਼ਾਹ ਹੋਣ ਲੱਗ ਗਿਆ ਹੁਕਮ ਕਰੇ ਹਮ ਆਪਕੀ ਕੀ ਖਿਦਮਤ ਕਰ ਸਕਤੇ ਹੈ ਇੱਥੇ ਬਹਿ ਕੇ ਪਿੰਨੀਆਂ ਘੁੱਟ ਤੇ ਹੋਰ ਮੈਂ ਡੰਗਰਾਂ ਨੂੰ ਪੱਠੇ ਪਾਉਣੇ ਤੇਰੇ ਕੋਲ ਓ ਜਾ ਕੰਮ ਕਰ ਜਾ ਕੇ ਓਏ ਕਮਾਦੀ ਚਲੀ ਨੂੰ ਜੋ ਆਇਆ ਮਾਰ ਦੇ ਤੇਰੇ ਇਹ ਮਰ ਗਿਆ ਆਵੇ ਇਹ ਮਰ ਗਿਆ ਅੱਬੂ
ਸਬਸਕ੍ਰਾਈਬ ਵੀ ਕਰੋ ਜੀ। ਸਤਿ ਸ਼੍ਰੀ ਅਕਾਲ।